ਮੋਹਾਲੀ ਜ਼ਿਲ੍ਹੇ ਦੇ ਵਿੱਚ ਇੱਕ ਮਾਂ ਨੇ ਆਪਣੀ ਹੀ 13 ਸਾਲ ਦੀ ਬੱਚੀ ਨੂੰ ਬੜੀ ਬੇਰਹਿਮੀ ਦੇ ਨਾਲ ਪਹਿਲਾਂ ਜ਼ਹਿਰ ਪਿਲਾਇਆ, ਉਸ ਤੋਂ ਬਾਅਦ ਉਸਦਾ ਗਲਾ ਘੋਟ ਕੇ ਉਸਨੂੰ ਮਾਰ ਦਿੱਤਾ। ਹਾਲਾਂਕਿ ਕੁੜੀ ਨੂੰ ਉਹਦੇ ਮਾਂ ਦੇ ਅਵੈਧ ਸੰਬੰਧਾਂ ਦਾ ਪਤਾ ਲੱਗ ਗਿਆ ਸੀਗਾ, ਬੜੇ ਹੀ ਬੇਰਹਿਮੀ ਦੇ ਨਾਲ ਉਹਦਾ ਮਰਡਰ ਕੀਤਾ ਗਿਆ। ਮਾਮਲਾ ਦਰਜ ਹੋ ਚੁੱਕਿਆ ਸਾਡੇ ਨਾਲ ਸੀਨੀਅਰ ਅਫਸਰ ਨੇ। ਡਿਪਟੀ ਸਾਹਿਬ, ਕਿਉਂਕਿ ਇਹ ਮਾਮਲਾ ਕਾਫੀ ਹੈਰਾਨ ਕਰ ਦੇਣ ਵਾਲਾ, ਪੁਲਿਸ ਨੇ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਕਰਦੇ ਹੋਏ ਹੁਣ ਤੱਕ ਦੀ ਗੱਲ ਕੀ ਸਾਹਮਣੇ ਆਈ? ਸਾਡੇ ਕੋਲ ਬੇਸਿਕਲੀ ਇਹਦੇ ਵਿੱਚ ਸਾਡੇ ਕੋਲ ਗੁਪਤ ਇਨਫੋਰਮੇਸ਼ਨ ਸੀ ਵੀ ਸ਼ਾਮਪੁਰ ਪਿੰਡ ਦੇ ਵਿੱਚ ਇੱਕ ਬੱਚੀ ਹੈ ਪ੍ਰੀਤ ਕੌਰ ਨੂੰ, ਜਿਹਦੇ ਉਹਦੇ ਮਾਂ ਨੇ ਅਤੇ ਉਹਦੇ ਤਾਏ ਨੇ ਪਹਿਲਾਂ ਉਹਨੂੰ ਕੁਛ ਖਵਾ ਕੇ ਪੋਇਜ਼ਨ ਦੇ ਕੇ ਅਤੇ ਫਿਰ ਉਸ ਤੋਂ ਬਾਅਦ ਉਹਦਾ ਗਲਾ ਘੁੱਟ ਕੇ ਮਾਰ ਦਿੱਤਾ ਸੀ। ਅਤੇ ਮੁਖਬਰੀ ਸਾਡੀ ਪੱਕੀ ਸੀ, ਜਿਸ 'ਤੇ ਅਸੀਂ ਪਰਚਾ ਦਰਜ ਕੀਤਾ 238 ਨੰਬਰ ਅੰਡਰ ਸੈਕਸ਼ਨ 148 ਆਈਟ ਆਊਟ 103/1, 123 BNS ਅਤੇ ਹੋਰ ਧਾਰਾਵਾਂ ਦੇ ਥੱਲੇ ਅਸੀਂ 238 BNS ਵਗੈਰਾ ਅਤੇ ਮੁਕੱਦਮਾ ਦਰਜ ਕਰਕੇ ਥਾਣਾ ਸੁਹਾਣਾ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ ਸਰ, ਕਿਉਂ ਮਾਰਿਆ ਗਿਆ? ਵੀ ਇਹ ਅਜੇ ਅਸੀਂ ਜਦੋਂ ਅਕਿਊਜ਼ਡ ਦੀ ਅਰੈਸਟ ਪਊਗੀ ਉਹਦੇ 'ਚ ਤੁਹਾਨੂੰ ਜ਼ਿਆਦਾ ਜਾਣਕਾਰੀ ਦੇਵਾਂਗੇ। ਠੀਕ ਹੈ, ਅਤੇ ਹਜੇ ਕੋਈ ਅਰੈਸਟ ਹੋਇਆ? ਨਹੀਂ, ਅਜੇ ਫਿਲਹਾਲ ਨਹੀਂ ਕੋਈ ਅਰੈਸਟ ਹੋਇਆ, ਪਰ ਮਤਲਬ ਸਾਨੂੰ ਬਾਈ ਨੇਮ FIR ਹੈ ਅਤੇ ਛੇਤੀ ਅਸੀਂ ਇਹਨਾਂ ਨੂੰ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਬੋਡੀ ਹੈ ਉਹਨੂੰ ਖੁਰਦਬੁਰਦ ਕਰ ਦਿੱਤਾ ਸੀਗਾ ਬੋਡੀ? ਹਾਂਜੀ, ਹਾਂਜੀ, ਬੋਡੀ ਨੂੰ ਖੁਰਦਬੁਰਦ ਉਹਦਾ ਆਪਣੇ ਸੰਸਕਾਰ ਵੀ ਕਰ ਦਿੱਤਾ ਸੀਗਾ। ਸੋ ਬੋਡੀ ਤਾਂ ਨਹੀਂ ਉਹਦਾ ਮਿਲਿਆ, ਪਰ ਇਨਫੋਰਮੇਸ਼ਨ ਸਾਡੀ ਪੱਕੀ ਸੀ ਜਿਹਦੇ 'ਤੇ ਅਸੀਂ FIR ਦਰਜ ਕੀਤੀ। ਮੋਹਾਲੀ ਜ਼ਿਲ੍ਹੇ ਦੇ ਵਿੱਚ ਇੱਕ ਮਾਂ ਨੇ ਆਪਣੀ ਹੀ 13 ਸਾਲ ਦੀ ਬੱਚੀ ਨੂੰ ਬੜੀ ਬੇਰਹਿਮੀ ਦੇ ਨਾਲ ਪਹਿਲਾਂ ਜ਼ਹਿਰ ਪਿਲਾਇਆ, ਉਸ ਤੋਂ ਬਾਅਦ ਉਸਦਾ ਗਲਾ ਘੋਟ ਕੇ ਉਸਨੂੰ ਮਾਰ ਦਿੱਤਾ। ਹਾਲਾਂਕਿ ਕੁੜੀ ਨੂੰ ਉਹਦੇ ਮਾਂ ਦੇ ਅਵੈਧ ਸੰਬੰਧਾਂ ਦਾ ਪਤਾ ਲੱਗ ਗਿਆ ਸੀਗਾ, ਬੜੇ ਹੀ ਬੇਰਹਿਮੀ ਦੇ ਨਾਲ ਉਹਦਾ ਮਰਡਰ ਕੀਤਾ ਗਿਆ। ਮਾਮਲਾ ਦਰਜ ਹੋ ਚੁੱਕਿਆ ਸਾਡੇ ਨਾਲ ਸੀਨੀਅਰ ਅਫਸਰ ਨੇ। ਡਿਪਟੀ ਸਾਹਿਬ, ਕਿਉਂਕਿ ਇਹ ਮਾਮਲਾ ਕਾਫੀ ਹੈਰਾਨ ਕਰ ਦੇਣ ਵਾਲਾ, ਪੁਲਿਸ ਨੇ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਕਰਦੇ ਹੋਏ ਹੁਣ ਤੱਕ ਦੀ ਗੱਲ ਕੀ ਸਾਹਮਣੇ ਆਈ? ਸਾਡੇ ਕੋਲ ਬੇਸਿਕਲੀ ਇਹਦੇ ਵਿੱਚ ਸਾਡੇ ਕੋਲ ਗੁਪਤ ਇਨਫੋਰਮੇਸ਼ਨ ਸੀ ਵੀ ਸ਼ਾਮਪੁਰ ਪਿੰਡ ਦੇ ਵਿੱਚ ਇੱਕ ਬੱਚੀ ਹੈ ਪ੍ਰੀਤ ਕੌਰ ਨੂੰ, ਜਿਹਦੇ ਉਹਦੇ ਮਾਂ ਨੇ ਅਤੇ ਉਹਦੇ ਤਾਏ ਨੇ ਪਹਿਲਾਂ ਉਹਨੂੰ ਕੁਛ ਖਵਾ ਕੇ ਪੋਇਜ਼ਨ ਦੇ ਕੇ ਅਤੇ ਫਿਰ ਉਸ ਤੋਂ ਬਾਅਦ ਉਹਦਾ ਗਲਾ ਘੁੱਟ ਕੇ ਮਾਰ ਦਿੱਤਾ ਸੀ। ਅਤੇ ਮੁਖਬਰੀ ਸਾਡੀ ਪੱਕੀ ਸੀ, ਜਿਸ 'ਤੇ ਅਸੀਂ ਪਰਚਾ ਦਰਜ ਕੀਤਾ 238 ਨੰਬਰ ਅੰਡਰ ਸੈਕਸ਼ਨ 148 ਆਈਟ ਆਊਟ 103/1, 123 BNS ਅਤੇ ਹੋਰ ਧਾਰਾਵਾਂ ਦੇ ਥੱਲੇ ਅਸੀਂ 238 BNS ਵਗੈਰਾ ਅਤੇ ਮੁਕੱਦਮਾ ਦਰਜ ਕਰਕੇ ਥਾਣਾ ਸੁਹਾਣਾ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ ਸਰ, ਕਿਉਂ ਮਾਰਿਆ ਗਿਆ? ਵੀ ਇਹ ਅਜੇ ਅਸੀਂ ਜਦੋਂ ਅਕਿਊਜ਼ਡ ਦੀ ਅਰੈਸਟ ਪਊਗੀ ਉਹਦੇ 'ਚ ਤੁਹਾਨੂੰ ਜ਼ਿਆਦਾ ਜਾਣਕਾਰੀ ਦੇਵਾਂਗੇ। ਠੀਕ ਹੈ, ਅਤੇ ਹਜੇ ਕੋਈ ਅਰੈਸਟ ਹੋਇਆ? ਨਹੀਂ, ਅਜੇ ਫਿਲਹਾਲ ਨਹੀਂ ਕੋਈ ਅਰੈਸਟ ਹੋਇਆ, ਪਰ ਮਤਲਬ ਸਾਨੂੰ ਬਾਈ ਨੇਮ FIR ਹੈ ਅਤੇ ਛੇਤੀ ਅਸੀਂ ਇਹਨਾਂ ਨੂੰ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਬੋਡੀ ਹੈ ਉਹਨੂੰ ਖੁਰਦਬੁਰਦ ਕਰ ਦਿੱਤਾ ਸੀਗਾ ਬੋਡੀ? ਹਾਂਜੀ, ਹਾਂਜੀ, ਬੋਡੀ ਨੂੰ ਖੁਰਦਬੁਰਦ ਉਹਦਾ ਆਪਣੇ ਸੰਸਕਾਰ ਵੀ ਕਰ ਦਿੱਤਾ ਸੀਗਾ। ਸੋ ਬੋਡੀ ਤਾਂ ਨਹੀਂ ਉਹਦਾ ਮਿਲਿਆ, ਪਰ ਇਨਫੋਰਮੇਸ਼ਨ ਸਾਡੀ ਪੱਕੀ ਸੀ ਜਿਹਦੇ 'ਤੇ ਅਸੀਂ FIR ਦਰਜ ਕੀਤੀ।